ਲਓ ਜੀ ਆਪਾਂ ਕਹਿ ਦਿੰਦੇ ਹਾਂ ਵੀ ਮੋਟਰ ਵੀ ਮੱਚ ਜਾਂਦੀ ਆ, ਹੈ ਨਾ, ਵੀ ਇਹਦਾ ਵੀ ਬਾਈ ਕੋਈ ਮੱਚਣ ਦਾ ਕਾਰਨ ਹੁੰਦਾ ਗਾ। ਅਤੇ ਮੈਂ ਅੱਗੇ ਵੀ ਇੱਕ ਵੀਡੀਓ ਪਾਈ ਸੀ ਪਹਿਲਾਂ, ਬਹੁਤ ਟਾਈਮ ਪਹਿਲਾਂ, ਅਤੇ ਹੁਣ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਿਓ ਵੀ ਇਹਦਾ ਵੱਡਾ ਕਾਰਨ ਕੀ ਹੁੰਦਾ ਗਾ, ਮੱਚਰ ਦਾ ਮੋਟਰ ਜਲਦੀ ਕਿਉਂ ਮੱਚਦੀ ਆ। ਜਿਹੜੀ ਹੁਣ ਮੰਨ ਲਓ ਏਜੰਸੀ ਦੀ ਕੰਪਨੀ ਦੀ ਬੰਨੀ ਹੁੰਦੀ ਆ ਬਾਈ, ਉਹ ਛੇਤੀ ਮੋਟਰ ਮੱਚਦੀ ਨਹੀਂ। ਚਲੋ ਹੁਣ ਜਿਹੜੀਆਂ ਹੁਣ ਬਾਹਰੋਂ ਬਣਾ ਕੇ ਪਾਉਂਦੇ ਆਪਾਂ, ਹੋ ਸਕਦਾ ਬਾਈ ਜਿਹੜਾ ਤਾਂਬਾ ਗਾ ਉਹ ਨਰਮ ਵੀ ਮਤਲਬ ਵੀ ਪਾ ਦਿੱਤਾ ਹੋਵੇ, ਜਾਂ ਤਾਂ ਐਂ ਵੀ ਹੋ ਸਕਦਾ, ਹੈ ਨਾ। ਅਤੇ ਕੁਛ ਹੁਣ ਜਿਹੜੇ ਆਪਣੇ ਜ਼ਿਮੀਂਦਾਰ ਭਰਾ ਨੇ, ਇਹਨਾਂ ਦੀ ਵੀ ਬਾਈ ਕੋਈ ਗਲਤੀ ਹੁੰਦੀ ਆ, ਆਪਣੀ ਆਪ ਦੀ ਵੀ ਗਲਤੀ ਆ। ਅਤੇ ਮੋਟਰ ਮੱਚਣ ਦਾ ਕਾਰਨ ਵੀ ਉਹ ਵੀ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਕਿਉਂ ਮੱਚਦੀ ਆ, ਉਹਦਾ ਵੀ ਕੋਈ ਬਾਈ ਕਾਰਨ ਹੁੰਦਾ ਗਾ। ਅਤੇ ਹੁਣ ਜਿਹੜੀ ਜਲਦੀ ਮੋਟਰ ਮੱਚਦੀ ਆ, ਅਤੇ ਇੱਕ ਵੀਰ ਦੀ ਆਪਣੇ ਮੱਚੀ ਸੀ ਮੋਟਰ, ਉਹਨੂੰ ਵੀ ਇਹ ਤਜਰਬਾ ਦੱਸਿਆ ਸੀਗਾ, ਉਹ ਗ੍ਰਿਪ ਨਹੀਂ ਸੀਗੇ ਲੱਗੇ ਵੇ। ਮੈਂ ਕਿਹਾ ਬਾਈ ਇਹਨਾਂ ਨੂੰ ਹਲਵਾ, ਅਤੇ ਫਿਰ ਜਿਹੜੀ ਮੋਟਰ ਆ ਛੇਤੀ ਵੀ ਮੱਚਦੀ ਨਹੀਂ ਹੈਗੀ। ਅਤੇ ਹੁਣ ਜਿਵੇਂ ਆਪਣੇ ਆਹ ਮੋਟਰ ਆ ਬਾਈ, ਹੁਣ ਜੇ ਕੋਈ ਜੋੜ ਨਰਮ ਹੋਣ, ਹੈ ਨਾ, ਫਿਰ ਵੀ ਮੋਟਰ ਮੱਚਦੀ ਆ। ਅਤੇ ਹੁਣ ਜਿਵੇਂ ਉੱਧਰ ਫਿਊਜ ਫੂਜ ਨਰਮ ਲੱਗੇ ਹੋਣ ਆਪਣੇ, ਉਹ ਬਾਈ ਸਭ ਤੋਂ ਬਿਹਤਰ ਆ। ਹੁਣ ਜੇ ਜ਼ਿਆਦਾ ਨਰਮ ਨਹੀਂ ਚਾਹੀਦੇ, ਹਿਸਾਬ ਜੇ ਨਾਲ ਹੀ ਚਾਹੀਦੇ ਆ, ਅਤੇ ਉਹ ਪਤਾ ਕੀ ਹੋ ਜਾਂਦਾ ਫਿਰ ਉੱਧਰੋਂ ਫਿਊਜ ਛੇਤੀ ਉੱਡ ਜਾਂਦਾ ਗਾ, ਤਾਂ ਕਰਕੇ ਆਪਣੀ ਮੋਟਰ ਆ ਜਿਹੜੀ ਬਚਤ ਰਹਿ ਜਾਂਦੀ ਹੈ ਮੋਟਰ ਦੀ। ਹੁਣ ਬਾਈ ਜਿਹੜੇ ਆਪਣੇ ਕੋਠੇ 'ਚ ਗ੍ਰਿਪ ਲਾਏ ਹੁੰਦੇ ਆ, ਹੈ ਨਾ, ਉਹ ਸਾਰਿਆਂ ਨੂੰ ਬਾਈ ਜ਼ਰੂਰੀ ਆ। ਇੱਕ ਸਟਾਰਟਰ ਵਧੀਆ ਹੋਣਾ ਚਾਹੀਦਾ, ਇੱਕ ਆਪਣੇ ਜਿਹੜੇ ਆ ਗ੍ਰਿਪ ਨੇ ਬਾਈ ਉਹ ਜ਼ਰੂਰੀ ਹੋਣੇ ਚਾਹੀਦੇ ਆ, ਵਧੀਆ ਲੱਗੇ ਹੋਣੇ ਚਾਹੀਦੇ, ਕਿਉਂਕਿ ਫਿਊਜ ਵਾਲੇ ਮੋਟੇ ਨਹੀਂ ਹੋਣੇ ਚਾਹੀਦੇ, ਹਿਸਾਬ ਜੇ ਨਾ ਵੀ ਮਤਲਬ ਵੀ ਨਰਮ ਜੇ ਚਾਹੀਦੇ ਆ, ਜਿੰਨੇ ਕੁ ਮਤਲਬ ਵੀ ਮੋਟਰ ਝੱਲੇ। ਅਤੇ ਬਾਕੀ ਬਾਈ ਲੋਡ ਦੇ ਹਿਸਾਬ ਨਾਲ ਵੀ ਹੁੰਦਾ ਨਾ। ਮੈਂ ਤਾਂ ਇਸ ਕਰਕੇ ਵੀਡੀਓ 'ਚ ਇਹ ਕਹਿੰਦਾ ਹੁੰਦਾ ਵੀ ਇੱਕ ਤਾਂ ਸਟਾਰਟਰ ਵਧੀਆ ਹੋਣਾ ਚਾਹੀਦਾ, ਅਤੇ ਇੱਕ ਗ੍ਰਿਪ ਵਧੀਆ ਹੋਣੇ ਚਾਹੀਦੇ ਆ। ਮੋਟਰ ਬਾਈ ਤੁਹਾਡੀ ਮੱਚਦੀ ਨਹੀਂ ਜੇ ਕੰਪਨੀ ਦੀ ਬੰਨੀ ਵੀ ਆ ਨਾ, ਜੇ ਮੰਨ ਲਓ ਤੁਹਾਡੀ ਮੋਟਰ ਨਵੀਂ ਪਾਈ ਆ, ਵਿੱਚ ਮੋਟਰ ਹੁੰਦੀਆਂ ਨੇ ਨਵੀਆਂ, ਉਹ ਵੀ ਮੱਚ ਜਾਂਦੀਆਂ ਨੇ ਕੁਛ ਆਪਣੇ ਵੀ ਮਤਲਬ ਗ੍ਰਿਪ ਗਰੁੱਪ ਨਹੀਂ ਲਾਏ ਹੁੰਦੇ, ਤਾਂ ਕਰਕੇ ਵੀ ਛੇਤੀ ਮੱਚਦੀਆਂ ਨੇ ਮੋਟਰ, ਕਿਉਂਕਿ ਉਹ ਸਪਾਰਕ ਕਰਦੇ ਰਹਿੰਦੇ ਆ। ਹੁਣ ਮੋਟਰ ਮੱਚਣ ਦਾ ਕਾਰਨ ਸਾਰਾ ਇਹੀ ਹੁੰਦਾ ਗਾ। ਜੇ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਾਂਗੇ, ਫਿਰ ਬਾਈ ਮੋਟਰ ਛੇਤੀ ਨਹੀਂ ਮੱਚਦੀ। ਅਤੇ ਹੁਣ ਆਪਣੇ ਸੀਗੀ ਮੋਟਰ ਇੱਕ ਪਾਈ ਵੀ, ਅਤੇ ਉਹਨੂੰ ਮੱਲਾ ਦਾ ਹੋ ਗਏ ਹੁਣ, ਮੱਲਾ ਦਾ 13-14 ਸਾਲ ਹੋ ਗਏ ਪਾਈ, TRI ਕੰਪਨੀ ਦੀ ਆ ਉਹ ਮੋਟਰ ਬਾਈ। ਪਹਿਲਾਂ ਤਾਂ ਸਾਡੀ 15 ਦੀ ਮੋਟਰ ਸੀ, ਅਤੇ ਹੁਣ ਹੈਗੀ ਉਹ 20 ਦੀ ਮੋਟਰ। ਨਾ ਤਾਂ ਬਾਈ ਜਿਹੜੀ 15 ਦੀ ਮੋਟਰ ਸੀ ਉਹ ਮੱਚੀ ਸੀ ਅੱਜ ਤੱਕ, ਹੁਣ ਜਿਹੜੀ 20 ਦੀ ਪਾਈ ਵੀ ਆ ਬਾਈ, ਨਾ ਹੁਣ ਤੱਕ ਇਹ ਮੋਟਰ ਕਿਤੇ ਮੱਚੀ ਆ। ਅਤੇ ਆਪਣਾ ਕੀ ਹੈਗਾ, ਸਟਾਰਟਰ ਵਧੀਆ, ਆ ਗ੍ਰਿਪ ਵਧੀਆ, ਜਦੋਂ ਕੋਈ ਫਿਊਜ ਮਤਲਬ ਵੀ ਆਹ ਗ੍ਰਿਪ ਹੈਗਾ ਜਾਂ ਕੋਈ ਫਿਊਜ ਸਪਾਰਕ ਕਰਦਾ ਮਾੜਾ ਮੋਟਾ ਸੁੱਚ ਕਰਦੀ ਆ, ਉਹਦਾ ਬਾਈ ਨਾਲ ਦੀ ਨਾਲ ਹੀ ਅਸੀਂ ਹੱਲ ਕਰ ਦਿੰਦੇ ਹਾਂ, ਅਤੇ ਤਾਂ ਕਰਕੇ ਜਿਹੜੀ ਬੱਚਤ ਆ ਉਹ ਹੋ ਜਾਂਦੀ ਆ ਕਿ ਮੋਟਰ ਕਦੇ ਨਹੀਂ ਮੱਚਦੀ। ਅਤੇ ਹੁਣ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ, ਅਤੇ ਆਪਣੇ ਪੇਜ ਨੂੰ ਫੋਲੋ ਕਰ ਦਿਓ, ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ।